ਸਤਿ ਸ਼੍ਰੀ ਅਕਾਲ ਜੀ ਮੈਂ ਰੰਜਨਾ ਵਰਡ ਇਮੀਗ੍ਰੇਸ਼ਨ ਨੈਟਵਰਕ ਤੋਂ ਅੱਜ ਅਸੀਂ ਇੱਕ ਹੋਰ ਨਿਊ ਸਕਸੈਸ ਸਟੋਰੀ ਸ਼ੇਅਰ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਇਹ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਵੀ ਬੱਚੇ ਕੈਨੇਡਾ ਨੂੰ ਲੈ ਕੇ ਇਸ ਟਾਈਮ ਡਾਊਟ 'ਚ ਨੇ ਕਿ ਉਹਨਾਂ ਦੇ 5.5 ਬੈਂਡ ਇੱਕ ਮੋਡਿਊਲ ਜਾਂ 2 ਮੋਡਿਊਲ 'ਚ ਉਹ ਪਲੀਜ਼ ਇੱਕ ਵਾਰੀ ਸਾਡੀ ਵੈਬਸਾਈਟ ਚੈੱਕ ਕਰਨ ਪਲੱਸ ਸਾਨੂੰ ਇੱਕ ਵਾਰੀ ਆਫਿਸ 'ਚ ਜ਼ਰੂਰ ਮਿਲਣ ਬਾਕੀ ਅੱਜ ਅਸੀਂ ਸਲੋਨੀ ਮੈਮ ਦਾ ਕੈਨੇਡਾ ਦਾ ਓਵਰਆਲ 6 ਬੈਂਡ ਤੇ 1 ਮੋਡਿਊਲ 'ਚ 5.5 ਤੇ ਸਟੱਡੀ ਵੀਜ਼ਾ ਗ੍ਰੈਬ ਕਰ ਰਿਹਾ ਕੰਗ੍ਰੈਚੁਲੇਸ਼ਨਸ ਮੈਮ ਥੈਂਕ ਯੂ ਮੈਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਲੋਨੀ ਹੈ ਜਿਵੇਂ ਤੁਹਾਨੂੰ ਮੈਮ ਨੇ ਦੱਸਿਆ ਕਿ ਮੈਂ ਸਟੱਡੀ ਵੀਜ਼ਾ ਦੇ ਅੱਜ ਮੈਂ ਕੈਨੇਡਾ ਦਾ ਵੀਜ਼ਾ ਲੈ ਕੇ ਜਾ ਰਹੀ ਹਾਂ ਮੈਂ ਵੈਸੇ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਹਾਂ ਤੇ ਇਸ ਟਾਈਮ ਮੈਂ ਮੈਮ ਕੋਲ ਬੈਠੀ ਹਾਂ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਇਹਨਾਂ ਨੇ ਮੇਰਾ 1 ਮੰਥ ਦੇ ਵਿੱਚ ਹੀ ਵੀਜ਼ਾ ਲਗਾਤਾ ਜਿਵੇਂ ਤੁਸੀਂ ਜਾਣਦੇ ਹੋ ਕਿ ਮੈਨੇ 2019 ਦੇ ਵਿੱਚ ਪਲੱਸ 2 ਕੀਤੀ ਸੀ ਔਰ ਉਸ ਟਾਈਮ ਮੈਨੇ ਕੋਈ ਆਈਲੈਟਸ ਨਹੀਂ ਕੀਤੀ ਸੀ ਔਰ ਮੇਰੇ 2 ਸਾਲ ਦੇ ਵਿੱਚ ਗੈਪ ਪੈ ਗਿਆ ਸੀ ਤੇ ਇਸ ਕਰਕੇ ਮੈਨੂੰ ਆਪਣੀ ਪ੍ਰੋਫਾਈਲ 'ਚ ਲੈ ਕੇ ਥੋੜ੍ਹਾ ਡਾਊਟ ਸੀ ਔਰ ਮੈਨੇ ਇਹਨਾਂ ਦੀ ਪ੍ਰੋਫਾਈਲ ਦੇਖੀ ਇੰਸਟਾਗ੍ਰਾਮ ਦੇ ਵਿੱਚ ਔਰ ਇਹਨਾਂ ਦੇ ਵਧੀਆ ਵਿਊਜ਼ ਸੀਗੇ ਤਾਂ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਔਰ ਇਹਨਾਂ ਨੇ ਮੈਨੂੰ ਵਧੀਆ ਸਲਾਹ ਦਿੱਤੀ